ਸੀ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ ਆਲ ਰਾਈਟ ਸੋ ਇੱਕ ਵਾਰ ਹੀ ਫੇਰ ਤੋਂ ਜੋੜੀ ਆ ਸਵਾਗਤ ਹੈ ਤੁਹਾਨੂੰ ਦੋਨਾਂ ਨੂੰ ਜੀ ਜੀਜਾ ਸਾਲੀ ਆਏ ਹਾਏ ਕੀ ਗਾਣਾ ਮੋਰ ਆ ਮਾਈ ਫੇਵਰਿਟ Song ਜਦੋਂ ਪਹਿਲੀ ਵਾਰ ਮੈਂ ਸੁਣਿਆ ਸੀ ਨਾ ਗਾਣਾ ਉਦੋਂ ਮੇਰਾ ਵਿਆਹ ਨਹੀਂ ਹੋਇਆ ਸੀ ਜੀ ਤੇ ਫਿਰ ਜਦੋਂ ਗਾਣਾ ਆਇਆ ਸੀ ਫਿਰ ਮੈਂ ਗਾਣੇ ਤੇ ਵਿਆਹ ਮੇਰਾ ਇੰਡੀਆ ਹੋਇਆ ਸੀ ਤੇ ਨੱਚੇ ਫਿਰ ਆਪਾਂ ਹੀ ਗਾਣੇ ਤੇ ਨਹੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਖੂਬਸੂਰਤ ਅੱਛਾ ਪਹਿਲਾਂ ਤਾਂ ਆਪਾਂ ਤੁਸੀਂ ਤਾਂ ਕਾਫੀ ਰੇਡੀਓ ਸਟੇਸ਼ਨ ਦੇ ਚ ਜਾ ਚੁੱਕੇ ਹੋ ਜੀ ਆਪਣੀ ਉਹੀ ਗੱਲਾਂ ਰਿਪੀਟ ਕਿ ਕਿੱਥੋਂ ਤੁਸੀਂ ਸ਼ੁਰੂਆਤ ਕੀਤੀ ਪਹਿਲਾਂ ਆਪੋਂ ਨੇ ਵੇੜ ਲਈ ਤੇ ਕਿਸ ਅੱਜ ਕੀ ਹੈ ਕਿ ਸਾਡੇ ਜਿਹੜੇ ਇਸ ਟਾਈਮ ਦੇ ਲਿਸਨਰ ਆ 8 ਤੋਂ 12 ਅ ਪਿਛਲੇ ਅੱਜ ਸਾਨੂੰ ਇਸ ਮਹੀਨੇ 25 ਸਾਲ ਹੋ ਜਾਣੇ ਰੰਗਲਾ ਪੰਜਾਬ ਨੂੰ ਜਲਵਾਾਰਕਾਂ ਜੀ ਪਹਿਲੋ ਤਾਂ ਅਸੀਂ ਛੋਟਾ ਜਿਹਾ ਪੋਡਕਾਸਟ ਸਟਾਰਟ ਕੀਤਾ ਸੀ ਕੋਈ ਗੱਲ ਨਹੀਂ ਸਿਲਵਰ ਜੁਬਲੀ ਤੇ ਤੁਹਾਨੂੰ ਮੁਬਾਰਕਾਂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਪਹਿਲਾਂ ਤਾਂ ਜੇ ਸ਼ੁਰੂਆਤ ਕਰੀਏ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਬਹੁਤ ਸਾਰੇ ਚਮਕੀਲਾ ਸਾਹਿਬ ਜੀ ਮੁਹੰਮਦ ਸਦੀਕ ਇਹਨਾਂ ਨੂੰ ਜੋੜੀ ਆਈਕਨ ਕਿਹਾ ਜਾਂਦਾ ਸੀ ਉਦੋਂ ਉਦੋਂ ਖਾੜਿਆਂ ਦੇ ਫਿਰ ਤੁਹਾਡੇ ਤੁਹਾਡਾ 에ਰਾ ਆਇਆ ਜੀ ਤੁਸੀਂ ਸ਼ੁਰੂਆਤ ਕੀਤਾ ਇਸ ਦੁਇਟ ਜੋੜੀ ਨੂੰ ਸ਼ੁਰੂਆਤ ਕਰਦੇ ਕਿ ਇਹ ਸ਼ੁਰੂਆਤੀ ਕਿੱਥੋਂ ਸਟਾਰਟ ਹੋਏ ਕਿ ਆਪਾਂ ਡੂਏ ਠੀਕ ਹਨ ਕਿਤੇ ਸਿੰਗਲਸ ਹੁੰਦੇ ਆ ਜਿਹੜੇ ਸਿੰਗਰਸ ਹੁੰਦੇ ਆ ਉਹ ਸਿੰਗਲਸ ਹੀ ਪੇਸ਼ ਕਰਦੇ ਬਟ ਡੂਏ ਦਰਵਾਜ ਤੁਸੀਂ ਸ਼ੁਰੂ ਕੀਤਾ ਜੀ ਕਿਦਾਂ ਅਸਲ ਦੇਖਿਆ ਜਾਵੇ ਜਦੋਂ ਮੈਂ ਅਕਸਰ ਗੱਲ ਕਰਦਾ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹਾਂ ਜਿਹਨੇ ਸਾਨੂੰ ਬਹੁਤ ਵਧੀਆ ਜਨਮ ਦਿੱਤਾ ਹੈ ਔਰ ਮਾਂ ਬਾਪ ਦਾ ਉਹਦੇ ਵਿੱਚ ਬੜਾ ਧੰਨਵਾਦ ਹੈ ਇਹ ਗੁੜਤੀ ਆਪਾਂ ਕਹਿੰਦੇ ਗੁੜਤੀ ਦਿੱਤੀ ਹੈ ਅੱਛਾ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਗੁੜਤੀ ਦਿੱਤੀ ਜਾਂਦੀ ਮੈਨੂੰ ਲੱਗਦਾ ਵੀ ਸ਼ਾਇਦ ਸਾਡੇ ਮਾਪੇ ਜਦ ਸਾਨੂੰ ਗੁਰਤਿ ਦਿੱਤੀ ਸ਼ਾਇਦ ਉਸ ਟਾਈਮ ਵੀ ਉਹਨਾਂ ਨੇ ਕੋਈ ਗੀਤ ਗਾ ਕੇ ਸਾਨੂੰ ਗੁਰਤਿ ਦੇਤੀ ਜੀ 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 ਉਹ ਸੋਚ ਅੱਜ ਤੱਕ ਲੈ ਕੇ ਤੁਰੇ ਹਾਂ ਇਹ ਜੇ ਮੈਂ ਗੱਲ ਕਰਾਂ ਵੀ ਅੱਜ ਤੋਂ ਮਤਲਬ ਜਿੱਥੇ ਪਹਿਲੇ ਦਿਨ ਤੁਝੇ ਤੁਮਕ ਕਿਤੇ ਲਿਖਦਾ ਮੇਤੋਂ ਸਾਲਕ ਨੇ ਗੁਰੂ ਨਾਨਕ ਸਾਹਿਬ ਨੇ ਕੋਈ ਅਜਿਹਾ ਗੀਤ ਲਿਖਾਇਆ ਹੀ ਨਹੀਂ ਜਿਹੜਾ ਸੱਭਿਆਚਾਰ ਦੇ ਉਲਟ ਹੋਵੇ ਜੀ ਹਾਲਾਂਕਿ ਮੈਂ ਦੌਰ ਸਾਰੇ ਦੇਖ ਰਹੇ ਹਾਂ ਬੜੇ ਗਰਮ ਕੀਤਿਆਂ ਦੇ ਦੌਰ ਵੀ ਆਏ ਬੜੇ ਰੋਣ ਵਾਲੇ ਕੀਤਿਆਂ ਦੇ ਦੌਰ ਵੀ ਆਏ ਤੇ ਬੜੇ ਨੱਚਣ ਵਾਲੇ ਕੀਤਿਆਂ ਦੇ ਦੌਰ ਵੀ ਆਏ ਪਰ ਅਸੀਂ ਆਪਣੇ ਦੋਨੇ ਉਹ ਟਰੈਕ ਤੋਂ ਨਹੀਂ ਹਿੱਲੇ ਦੇ ਉਹਦੇ ਕਰਕੇ ਸ਼ਾਇਦ ਸਾਨੂੰ ਇਹ ਲੱਗਦਾ ਵੀ ਜੋ ਸਾਡੇ ਦਰਸ਼ਕ ਨੇ ਜਾਂ ਸਰੋਤੇ ਆ ਜਿਹੜੇ ਅੱਜ ਪਿਆਰ ਦੇ ਰਹੇ ਨੇ ਸ਼ਾਇਦ ਸਾਨੂੰ ਉਹਨਾਂ ਤੇ ਮਾਣ ਹੈ ਬਹੁਤ ਬਿਲਕੁਲ ਜੀ ਤੁਸੀਂ ਤੁਹਾਡਾ ਐਜ਼ ਐਜ਼ ਅ ਫੀਮੇਲ ਕਿਉਂਕਿ ਇਹ ਇੰਡਸਟਰੀ ਦੇ ਵਿੱਚ ਨਾ ਪੇਰੈਂਟਸ 100 ਵਾਰੀ ਸੋਚਦੇ ਆ ਕਿ ਅਸੀਂ ਇਨਕਲੂਡਿੰਗ ਮੀ ਮੈਂ ਵੀ ਇੰਡਸਟਰੀ ਦੇ ਵਿੱਚ ਸ਼ਾਮਿਲ ਮੇਰੇ ਵੀ ਡੈਡ ਨੇ ਬੜੇ ਪੱਥਰ ਰੱਖ ਕੇ ਭੇਜਿਆ ਇੰਡੀਆ ਦੀਆਂ ਫਿਲਮਾਂ ਦੇ ਵਿੱਚ ਜਾਣਾ ਇਸ ਇੰਡਸਟਰੀ ਦੇ ਵਿੱਚ ਛੋਣਾ ਐ ਐਂਡ ਬਹੁਤ ਜ਼ਿਆਦਾ ਨੋ ਪ੍ਰੋਬਲਮਸ ਫੇਸ ਹੁੰਦੀ ਐ ਸਪੈਸ਼ਲੀ ਫॉर ਗਰਲਸ ਕੁੜੀਆਂ ਦੇ ਵਾਸਤੇ ਤੇ ਤੋ ਸੀ ਇਹ ਸ਼ੁਰੂਆਤ ਕਿੱਦਾ ਕੀਤੀ ਐਂਡ ਮਾਪਿਓ ਨੇ ਜਿਗਰਾ ਰਾ ਕੇ ਕਿਆ ਕੀਤੀ ਇਹ ਚਾਲ ਵੀ ਚੱਕ ਲਾ ਹੁਣ ਤਾਂ ਹਿੱਟ ਹੋ ਗਈ ਹੁਣ ਤਾਂ ਪਿੱਛੇ ਮੁੜ ਕੇ ਨਹੀਂ ਦੇਖਣਾ ਜਿਹੜੇ ਟਾਈਮ 'ਚ ਮੈਂ ਸ਼ੁਰੂਆਤ ਕੀਤੀ ਭਾਜੀ ਮੈਨੂੰ 20 ਸਾਲ ਹੋ ਗਏ ਇਸ ਲਾਈਨ 'ਚ ਕਿਉਂਕਿ ਆਤਮਾ ਜੀ ਦੇ ਨਾਲ ਹੀ ਉਹਨਾਂ ਟਾਈਮਾਂ 'ਚ ਸੋਚ ਹੋਰ ਸੀ ਹਰ ਮਾਪਿਓ ਨੂੰ ਹੁੰਦਾ ਸੀਗਾ ਇਦਾਂ ਕਿਉਂਕਿ ਉਹਦਾ ਮਾਹੌਲ ਵੀ ਹੋਰ ਸੀ ਇੰਨਾ ਫਾਰਵਰਡ ਨਹੀਂ ਸੀ ਜੀ ਬਿਲਕੁਲ ਤੇ ਗੱਲਾਂ ਕੀਤੀਆਂ ਜਾਂਦੀਆਂ ਸੀ ਤੇ ਰੋਕਦੇ ਸੀ ਬਿਲਕੁਲ ਮੇਰੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਨੇ ਨਹੀਂ ਅੰਨਾ ਕਿ ਮੇਰੇ ਬ੍ਰਦਰ ਬਰੋਕਦੇ ਸੀ ਕਿ ਨਹੀਂ اچھا ਪਰ ਹੌਲੀ ਹੌਲੀ ਜਿੱਦਾਂ ਮੇਰੇ ਤਾਇਆ ਜੀ ਹੋਣਾਂ ਦੀ ਬਹੁਤ ਸਪੋਰਟ ਆ ਮੈਨੂੰ ਜੀ ਉਹਨਾਂ ਨੇ ਮੈਂ ਮਾਈਕ ਥੋੜਾ ਥੋੜਾ ਮਾਈਕ ਜੇ ਲੱਗ ਗਿਆ ਆਪਣੇ ਕੋਲ ਜੀ ਬਿਕਮ ਕੋਈ ਵੀ ਮਾੜਾ ਨਹੀਂ ਹੁੰਦਾ ਕਿਉਂਕਿ ਹੁਣ ਜੇ ਆਪਾਂ ਦੇਖੀਏ ਹੁਣ ਤਾਂ ਅੱਜ ਕੱਲ ਬਹੁਤ ਫੀਮੇਲ ਆਰਟਿਸਟ ਹੈ ਇਸ ਲਾਈਨ ਚ ਆ ਗਈਆਂ ਹੋਈਆਂ ਨੇ ਹੁਣ ਸੋਚ ਬਹੁਤ ਚੇਂਜ ਹੋ ਚੁੱਕੀ ਹੈ ਬਾਕੀ ਮੈਂ ਇੱਕ ਗੱਲ ਕਹੂੰਗੀ ਕੋਈ ਵੀ ਫੀਲਡ ਹੋਵੇ ਹੂੰ ਕੁੜੀਆਂ ਲਈ ਹਰ ਫੀਲਡ 'ਚ ਹੀ ਔਖਾ ਆ। ਜੀ। ਬਾਕੀ ਤਾਂ ਤੁਹਾਡੇ ਤੇ ਡਿਪੈਂਡ ਹੁੰਦਾ। ਤੁਸੀਂ ਕਿੱਦਾਂ ਦੇ ਬਣਦੇ ਹੋ। ਹਾਂ 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 ਹਾਂ। ਇਹ ਚੀਜ਼ ਤੁਹਾਨੂੰ ਹਰ ਇੱਕ ਤੁਹਾਡੇ ਅੱਗੇ ਚਿਹਰਾ ਆਂਦਾ ਹੈ, ਮਾੜਾ ਵੀ ਆਂਦਾ ਹੈ, ਚੰਗਾ ਵੀ ਆਂਦਾ ਹੈ। ਤੁਸੀਂ ਕਿੱਦਾਂ ਦੀ ਚੀਜ਼ ਨੂੰ ਐਕਸੈਪਟ ਕਰਨਾ ਉਹ ਸਾਡੇ ਤੇ ਜ਼ਿਆਦਾ ਡਿਪੈਂਡ ਹੈ। ਜੀ 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 ਜੀ। 905 813 1320 905 813 1320 334 ਕੋਈ ਵੀ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਸਵਾਗਤ ਕਰਨਾ ਚਾਹੁੰਦੇ ਹੋ ਜੋੜੀ ਨੂੰ ਤਾਂ ਕਾਲ ਕਰ ਸਕਦੇ ਹੋ। ਆਤਮਾ ਸਿੰਘ ਬੁੱਡੇਵਾਲ ਲਾਸ ਨੇਮ ਬੁੱਡੇਵਾ ਇੱਕ ਕਿਦਾਂ ਪਿਆ ਕਿੱਥੋਂ ਸ਼ੁਰੂਆਤ ਹੋਈ ਇਹਦੀ ਥੋੜੀ ਸਟੋਰੀ ਦੱਸਿਆ ਜਾਵੇ ਸਾਨੂੰ ਵੀ ਪਹਿਲਾਂ ਤਾਂ ਮਾਂ ਪਿਓ ਨੇ ਮੇਰਾ ਨਾਂ ਰੱਖਤਾ ਪਤਾ ਨਹੀਂ ਕਿਹੜਾ ਸੀ ਅੱਛਾ ਅੱਜ ਵੀ ਮੈਂ ਗੱਲ ਸੱਚੀ ਕਹਿ ਸਕਦਾ ਤੇ ਸਾਡੇ ਪਿੰਡ ਚ ਮੇਰੀ ਭੂਆ ਜੀ ਲੱਗਦੀ ਸੀ ਜੀ ਉਹਨਾਂ ਨੂੰ ਚਾਹ ਬਹੁਤ ਹੁੰਦੀ ਪਤਾ ਨਹੀਂ ਮੈਂ ਹੋ ਸਕਦਾ ਹੋਣਾ ਸੁਨੱਖਾ ਤਾਂ ਹੁਣ ਵੀ ਬਹੁਤ ਆ ਪਹਿਲਾਂ ਮੈਂ ਸ਼ਾਇਦ ਦੂਈ ਵਸ ਰੱਖਾ ਹੋਆ ਤੇ ਉਹ ਉਹ ਸਾਡੇ ਮੈਨੂੰ ਸਵੇਰੇ ਕੋਈ ਘਰ ਹੋਰ ਲੈ ਕੇ ਜਾਂਦਾ ਖਲਾਉਣ ਲਈ ਮੇਰੀ ਮਾਂ ਤੇ ਮੇਰੇ ਮਾਲਾ ਮੇਰੇ ਪਿਤਾ ਜੀ ਦਾ ਮੈਂ ਅੱਜ ਵੀ ਬੜਾ ਕਰਜ਼ਦਾਰ ਹਾਂ ਉਹਨਾਂ ਨੇ ਪਿੰਡ ਦੇ ਵਿੱਚ ਇੰਨਾ ਕੁ ਪਿਆਰ ਤੋਫਾਕ ਬਣਾਇਆ ਹੋਇਆ ਸੀ ਕਿ ਮੈਨੂੰ ਬਹੁਤ ਪਿਆਰ ਕਰਦੇ ਸੀ ਉਹ ਸਾਰੇ ਪਰਿਵਾਰ ਜੀ ਸਵੇਰੇ ਕਿਸੇ ਨੇ ਲੈ ਜਾਣਾ ਤੇ ਸ਼ਾਮ ਨੂੰ ਮੈਨੂੰ ਕਿਸੇ ਹੋਰ ਦੇ ਘਰੋਂ ਲੈ ਕੇ ਆਉਣਾ ਅੱਛਾ ਉਹ ਪਿਆਰ ਇੱਥੇ ਚਲੇ ਗਿਆ ਜਿਸ ਦਿਨ ਮਾਲਨਾ ਮੈਨੂੰ ਸਕੂਲ ਦਾਖਲ ਕਰਾਉਣਾ ਸੀ ਤੇ ਉਹ ਮੇਰੇ ਭੂਆ ਜੀ ਲੱਗਦੇ ਸੀ ਉਹ ਮੈਨੂੰ ਲੈ ਕੇ ਬਾਹਰ ਫੜ ਕੇ ਚੱਲ ਤਰਾ ਦਾਖਲਾ ਕਰਾ ਕੇ ਆਇਆ ਅੱਛਾ ਹੁਣ ਮਾਸਟਰ ਨੂੰ ਉਸ ਤਾਂ ਮਨ ਕਰਨ ਉਹ ਵੀ ਤੇਰੀ ਅਨਪੜ ਸੀ ਹੂੰ ਵੀ ਹਾਂ ਵੀ ਕੀ ਨੋ ਲਿਖਣਾ ਲੈ ਮੇਰੇ ਬੋਲ ਲਿਖ ਪਾਈ ਤੂੰ ਆਤਮਾ ਸਿੰਘ ਅੱਛਾ ਇਹ ਗੱਲ 101 ਉਹ ਆਤਮ ਸਿੰਘ ਉਹਨਾਂ ਨੇ ਨੌਰ ਖਾਤਾ ਪਰ ਮੇਰਾ ਅਸਲ ਨੋ ਸਹੀ ਪੁੱਛੇ ਨਾਮੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿਉਂਕਿ ਹੁਣ ਆਤਮਸੇਕ ਚੱਲਦਾ ਅੱਛਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਨਹੀਂ ਪਤਾ ਤਾਂ ਹੋਊਗਾ ਮੈਨੂੰ ਲੱਗਦਾ ਜੇ ਮੈਂ ਖੋਜ ਕਰਾਂ ਤਾਂ ਹੋ ਸਕਦਾ ਸਾਰੀ ਗੱਲ ਦਾ ਪਤਾ ਲੱਗ ਜੇ ਪਰ ਉਹ ਨੋ ਮੈਨੂੰ ਕਦੇ ਮੈਨੂੰ ਕਦੇ ਦੱਸੇ ਨਹੀਂ ਚਾਜ ਨਾਲ ਅੱਛਾ ਕਿਉਂਕਿ ਨਾ ਮੇਰੇ ਪਿਤਾ ਜੀ ਨੇ ਮੇਰੇ ਸਿਰ ਤੇ ਨਾ ਮੇਰੇ ਮਾਤਾ ਜੀ ਪਰ ਨਾ ਹਮੇਸ਼ਾ ਮੇਰੇ ਨਾਲ ਇਹਨੇ ਮੈਨੂੰ ਮਹਿਸੂਸ ਹੁੰਦਾ ਕਿ ਉਹ ਉਹਨਾਂ ਦੀ ਬਦੌਲਤ ਸੋ ਗੱਲ ਹੈ ਕਿ ਬਈ ਬੁੱਢੇ ਵਾਲਾ ਪਹਿਲਾਂ ਤਾਂ ਆਤਮਾ ਆ ਗਿਆ 올ਡ ਹਾਂ ਉੱਤੇ ਨੌ ਬੁੱਢਿਆ ਆ ਗਿਆ ਮੇਰਾ ਪਿੰਡ ਦਾ ਨੋਆ ਉਹ ਮੇਰੀ ਜਨਮ ਭੂਮੀ ਆ ਜਨਮ ਭੂਮੀ ਨੂੰ ਕਹਿੰਦੇ ਜੀ ਭੁੱਲਣਾ ਤਾਂ ਸਮਝੋ ਜਹਾਂ ਜਹ ਦੁਨੀਆ ਤੇ ਬੰਦਾ ਆਇਆ ਜਹ ਨਾ ਆਏ ਇਸ ਕਰਕੇ ਮੈਨੂੰ ਬੁੱਢੇਵਾਲ ਕਹਿਣ ਤੇ ਪ੍ਰਾਉਡ ਬਹੁਤ ਹੁੰਦਾ ਇਹ ਵੀ ਗੱਲ ਸੀ ਪਹਿਲਾਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਗਾਣੇ ਦੇ ਵਿੱਚ ਕਹਿੰਦੇ ਕੋਈ ਬੁੱਢਾ ਹੀ ਹੁੰਦਾ ਹੋਵੇ ਨਹੀਂ ਨਹੀਂ ਇਹ ਸਾਨੂੰ ਜਦੋਂ ਜਦੋਂ ਅਸੀਂ ਸੰਘਰਸ਼ ਕਰਦੇ ਸੀ ਨਾ ਅੱਛਾ ਇਹ ਗੱਲਾਂ ਸਾਨੂੰ ਅਕਸਰ ਸੁਣਨ ਨੂੰ ਮਿਲਦੀਆਂ ਸੀ ਹੁਣ ਜੇ ਰੁੱਜੀ ਦੀ ਗੱਲ ਕਰਦਾ ਮੈਂ ਮੈਂ ਹੈ ਤਾਂ ਥੋੜਾ ਜਿਹਾ ਮੰਨ ਲਓ ਜਿਵੇਂ ਕਹਿੰਦੇ ਕਾਰੀਗਰ ਜਿਹਾ ਬੰਦਾ ਹਾਂ ਨਵਜਿੰਦਰਜੀਤਾ ਬੜੋ ਲਬਾ ਆੜਾ ਜੀਤ ਨਖਾ ਨੇ ਯਾਰ ਕਲਾਕਾਰੀ ਤੇ ਫੇਰ ਮੈਂ ਜਦੋਂ ਅਮਨ ਰੂਜੀ ਰੱਖਿਆ ਤੇ ਜੇ ਮੈਂ ਨੋ ਰੱਖਿਆ ਮਾਨ ਨਾਲ ਉਹ ਜਿੰਨੇ ਮਾਣ ਨਾ ਰੱਖਿਆ ਸੀ ਮੈਨੂੰ ਉਦੋਂ ਪਤਾ ਨਹੀਂ ਕਿੰਨੇ ਹਜ਼ਾਰਾਂ ਦਰਜੇ ਮਾਣੇ ਨੇ ਮੈਨੂੰ ਉਸ ਨਾਮ ਨਾਲ ਦਵਾਇਆ ਜਿਹ ਆਜਾਤਮਾ ਸਿੰਘ ਕਹਿੰਦੇ ਲੋਕ ਤੇ ਨਾਲ ਅਮਰੋਜੀ ਸੁਭਾਅਕ ਨਿਕਲ ਜਾਂਦਾ। ਕੀ ਬਾਤ ਜੇ ਅਮਰੋਜੀ ਕਹਿੰਦੇ ਸੁਭਾਅਕ ਆਤਮਾ ਸਿੰਘ ਨਿਕਲ ਜਾਂਦਾ ਇਸ ਕਰਕੇ ਆਟੋਮੈਟਿਕ ਹੀ ਹੈ ਠੀਕ ਗੱਲ ਐ ਜੋੜੀ ਹੈ ਜੀ ਬਹੁਤ ਖੂਬਸੂਰਤ ਜੋੜੀ ਹੈ ਬਹੁਤ ਜਦੋਂ ਪਹਿਲਾ ਤੁਹਾਡਾ ਗਾਣਾ ਵੀ ਆਇਆ ਸੀ ਰੰਗਲਾ ਪੰਜਾਬ ਦੇ ਵਿੱਚ ਅਸੀਂ ਪੇਸ਼ ਕੀਤਾ ਐਂਡ ਉਦੋਂ ਤੁਸੀਂ ਆਈ ਥਿੰਕ ਨੈਗਰਾ ਫਾਲਸ ਦੇ ਵਿੱਚ ਆਈ ਸੀ ਉਦੋਂ ਚਾਰ ਸਾਲ ਲਗਤਾ ਚਾਰ ਸਾਲ ਪਹਿਲਾਂ ਤੁਸੀਂ ਆਏ ਸੀ ਉਦੋਂ ਕਾਫੀ ਸ਼ੋਅ ਤੁਸੀਂ ਤੰਬਰ ਸਾਹਿਬ ਨਾਲ ਆਏ ਸੀ ਜ ਮੋਲੀ ਕੁਝ ਹੋਰ ਸੀ ਹੋਰ ਦੇਖੋ ਪੰਡੈਮਿਕ ਦੇ ਵਿੱਚ ਦੋ ਸਾਲ ਤੁਹਾਡੇ ਕਿੱਦਾਂ ગયા ਫਿਰ ਦੋ ਇਹ ਦੇ ਇਹ ਜਿਹੜੇ ਦੋ ਸਾਲ ਸੀ ਕਿੱਦਾਂ ਗੁਜ਼ਾਰੇ ਤੁਸੀਂ ਦੋ ਸਾਲ ਇਹ ਅਕਸਰ ਗੱਲ ਸਾਡੇ ਸਾਰੇ ਚੈਨਲਸ ਤੇ ਹੀ ਹੋ ਰਹੀ ਹੈ ਕਿਉਂਕਿ ਉਹ ਜਿਹੜੇ ਦੋ ਸਾਲ ਸੀ ਨਾ ਤੁਹਾਡੀ ਲਾਈਫ ਸਟਕ ਹੋ ਗਈ ਸੀ ਡਿਪਰੈਸ਼ਨ ਚ ਚਲੇ ਗਏ ਸੀ ਤੁਸੀਂ ਇੱਕਾਸੀ ਨਹੀਂ ਸਾਰੇ ਚਾਹੇ ਅਸੀਂ ਵੀ ਜੇ ਅਸੀਂ ਆਪਣੀ ਗੱਲ ਕਰੀਏ ਅੱਜ ਕਿੱਥੇ ਰੋਜ਼ ਅਸੀਂ ਰੈਡੀ ਹੋਣਾ ਕਿ ਅਸੀਂ ਸ਼ੋਅ ਤੇ ਜਾਣਾ ਇੱਕਦਮ ਤੁਸੀਂ ਘਰੇ ਬੈਠ ਜਾਂਦੇ ਹੋ ਫਿਰ ਐਦਾਂ ਦਾ ਜੋ ਮਾਹੌਲ ਸੀ ਤੈ ਤਾਂ ਲੱਗਦਾ ਹੀ ਨਹੀਂ ਸੀ ਕਿ ਕਦੀ ਮੁੜ ਕੇ ਕੈਨੇਡਾ ਵੀ ਜਾਵਾਂਗੇ ਆ ਸ਼ੋ ਵੀ ਕਰਾਂਗੇ ਇਹ ਸਭ ਕੁਝ ਹੋਊਗਾ ਲੇਕਿਨ ਉਸ ਪਰਮਾਤਮਾ ਦਾ ਸ਼ੁਕਰ ਹੈ ਮੈਂ ਕਹਿੰਨੀ ਆਪਾਂ ਸਾਰੇ ਲੱਕੀ ਹਾਂ ਜੀ ਬਿਲਕੁਲ ਇੰਨੀ ਔਖੀ ਘੜੀ ਚੋਂ ਨਿਕਲ ਕੇ ਆਏ ਆ ਜਿਹੜੇ ਆਪਾਂ ਬਚੇ ਆਪਾਂ ਬਹੁਤ ਲੱਕੀ ਹਾਂ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਸੋ ਉਹੀ ਗੱਲ ਅਸੀਂ ਬਾਰ-ਬਾਰ ਕਰਦੇ ਆਂ ਕਿ 2 ਸਾਲਾਂ ਬਾਅਦ ਅਸੀਂ ਆਏ ਆ ਇਹ ਮੁੜ ਫੇਰ ਵੇਲਾ ਆਇਆ ਸੋ ਮੇਰੇ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕੱਲ 8 ਅਪ੍ਰੈਲ ਨੂੰ ਜੀ ਪਹੁੰਚੋ ਦਾ ਮੀਟਿੰਗ ਹਾਊਸ ਆਕਵਲ ਵਿੱਚ 7 ਵਜੇ ਤੇ ਲਾਵਾਂਗੇ ਰੌਣਕਾਂ ਇਹ ਮੇਲਾ ਸਾਡਾ ਨਹੀਂ ਇਹ ਸ਼ੋਅ ਸਾਡਾ ਨਹੀਂ ਇਹ ਸ਼ੋਅ ਤੁਹਾਡਾ ਕੀ ਕਰਕੇ ਅੱਛਾ ਹੁਣ ਤਾਂ ਤੁਹਾਡੀ ਭਾਈ ਨੇ ਕਿਹਾ ਕਿ 8 90 ਗਾਣੇ ਚਾਰ ਚਾਰ ਤੇ ਚਾਰ ਆ ਚਾਰ ਤੇ ਚਾਰ ਨਹੀਂ ਨਹੀਂ ਪਤਾ ਨਹੀਂ ਉੱਤੇ ਮੌਕੇ ਦੇ ਰਾਤ ਨੂੰ ਅਸੀਂ ਕਿੰਨੇ ਕਿ ਲਿਖ ਲੈਣੇ ਕਿਉਂਕਿ ਸਾਰੇ ਮੇਰੇ ਆਪਣੇ ਹੁੰਦੇ ਆ ਅੱਛਾ ਅੱਛਾ ਜੀ ਆਪ ਲਿਖ ਦਿਓ ਸਾਰੇ ਆਪਣੇ ਲਿਖਣੇ ਹੁੰਦੇ ਆ ਜੀ ਦੱਸੋ ਐਜ਼ ਐਜ਼ ਹੁਣ ਤਾਂ ਸਿੰਗਰ ਠੀਕ ਹੈ ਐਜ਼ ਅ ਲੇਖਕ ਰਾਈਟਰ ਤੁਹਾਡੇ ਜ਼ਿਹਨ ਵਿੱਚ ਇਹ ਜੀਜਾ ਸਾਲੀ ਨੋਕ ਚੋਕ ਫੁੱਫੜ ਸਾਰੇ ਰਿਸ਼ਤੇਦਾਰ ਬਚ ਮੈਂ ਅੱਜ ਮਰਜੀ ਦੇ ਮੂੰਹ ਕੋ ਹੋਣਾ ਚਾਹੁੰਦਾ ਹਾਂ ਹਾਂ ਜਿਹੜੇ ਮੈਂ ਕਰਦਾਰ ਜ਼ਿੰਦਗੀ 'ਚ ਨਹੀਂ ਵੀ ਕੀਤੇ ਹਾਂ ਮੈਂ ਉਹਨਾਂ ਤੇ ਵੀ ਗੀਤ ਲਿਖੇ ਨੇ ਅੱਛਾ ਬਿਲਕੁਲ ਅੱਜ ਹੁਣ ਮੈਂ ਸਵੇਰੇ ਇੱਕ ਗੀਤ ਲਿਖਿਆ ਆਉਣ ਦੋ ਨਹੀਂ ਮੈਂ ਸੁਣਾਉਂਗਾ ਨਹੀਂ ਥੋੜੇ ਜਿਲੇ ਥੋੜੇ ਜਿਹਾ ਆਮ ਗੱਲ ਕਰਦੇ ਇੱਥੇ ਬੱਚੀਆਂ ਆਉਂਦੀਆਂ ਸਟੂਡੈਂਟ ਪੜ੍ਹਨ ਆਉਂਦੇ ਨੇ ਹੂੰ ਹੂੰ ਉਹ ਕਹਿੰਦੇ ਵੀ ਕੁੜੀ ਫੋਨ ਨਹੀਂ ਚੱਕਦੀ ਹਾਂ ਕੁੜੀ ਫੋਨ ਚੱਕਦੇ ਉਹ ਨਹੀਂ ਚੱਕਦੀ ਕਿਉਂਕਿ ਉਹਥੇ ਵਿਆਹ ਕਰਾ ਕੇ ਆਈ ਆ ਕਿਸੇ ਨੇ ਉਹਨਾਂ ਦੀ ਮੰਨਣਾ ਚਲੋ ਇਸ ਸੰਯੋਗ ਨੇ ਹਣਾ ਉਹ ਮਾ ਚਾਹੇ ਬੇਟੇ ਵਾਲੇ ਆ ਚਾਹੇ ਬੇਟੀ ਵਾਲੇ ਆ ਉਹ ਦੋਨੇ ਇੱਕੋ ਜਿਹੇ ਨੇ ਜੇ ਬੇਟੀ ਔਰ ਬੇਟੇ ਚ ਫਰਕ ਹੈ ਨਹੀਂ ਬੇਨ ਕਰੇ ਗੱਲਾਂ ਨਹੀਂ ਕਰਨੀ ਚਾਹੀਦੀਆਂ ਉਹ ਅਕਸਰ ਕਹਿੰਦੇ ਕੁੜੀ ਫੋਨ ਨਹੀਂ ਚੱਕਦੀ ਪਤਾ ਨਹੀਂ ਕੀ ਗੱਲ ਆ ਉਹ ਜਦੋਂ ਗੱਲ ਦੂਜੇ ਕੋ ਕਹਿੰਦੇ ਆ ਹਾਂ ਯਾਰ ਸਾਨੂੰ ਵੀ ਲੱਗਦਾ ਕੁੜੀ ਦੀ ਹਵਾ ਨਾ ਕੁੜੀ ਦੀ ਹਵਾ ਨਹੀਂ ਖਰਾਬ ਹੋਈ ਆ ਕੁੜੀ ਕੋ ਟਾਈਮ ਹੈ ਨਹੀਂ ਕਿਉਂਕਿ ਬਹੁਤ ਬਿਜ਼ੀ ਲਾਈਫ ਆ ਬੜ ਵਰਕਰ ਬਿਲਕੁਲ ਬਹੁਤ ਸਹੀ ਗੱਲ ਕਹੀ ਹੈ ਜੀ ਫਿਰ ਅੱਛਾ ਜਿਹੜਾ ਉਹਦੇ ਮਾਲਾ ਘਰ ਵਾਲਾ ਜਿਹੜੇ ਮਚੀਆਂ ਮੇਰੀਆਂ ਬਹਿੀਆਂ ਹੋਈਆਂ ਉਹ ਘਰ ਵਾਲਾ ਉਹ ਬੜਾ ਪੋਜਟਿਵ ਆ अच्छा ओनु मां दी ਵੀ ਸੁਣਨੀ ਪੈਂਦੀ ਆ ਹਾਂ ਉਹਨੂੰ ਬਾਪ ਦੀ ਵੀ ਸੁਣਨੀ ਪੈਂਦੀ ਆ ਉਹਨੂੰ ਯਾਰਾਂ ਦੋਸਤਾਂ ਦੀ ਵੀ ਸੁਣਨੀ ਪੈਂਦੀ ਆ ਤੇ ਫਿਰ ਉਹ ਆਪਦੇ ਮੈਨੂੰ ਕੀ ਕਹਿੰਦਾ ਮੈਨੂੰ ਲੱਗਦਾ ਸ਼ਾਇਦ ਰੁਜੀ ਨੂੰ ਪਹਿਲੇ ਲੈਣਾ ਚੇਤੇ ਹੋਣੀਆਂ ਮੈਂ ਵੀ ਕਰ ਲੈਣਾ ਗੁੱਸਾ ਦੱਸ ਮੈਂ ਕੀ ਕਰਾਂ ਹਾਂਜੀ ਤੇਰਾ ਫੋਨ ਚੱਕਾਂ ਜਾਂ ਮੈਂ ਬਹਿ ਕੇ ਪੜਾਂ ਹਾਏ ਕਹੇ ਇਹਨਾਂ ਗੁੱਸੇ ਦੱਸ ਮੈਂ ਕੀ ਕਰਾਂ ਤੇਰਾ ਫੋਨ ਸੁਣਾ ਜਾਂ ਮੈਂ ਬਹਿ ਕੇ ਪੜਾਂ ਜਦਬ ਹੁਤ ਜਾਵਾਂ ਨਾਲੇ ਗ੍ਰੋਸਰੀ ਲਿਆਵਾਂ ਕੈਨੇਡਾ ਦੇ ਤੇ ਚੱਕਰ ਹੀ ਕਮਾ ਬਲਿਆਂ ਰੱਬ ਕਰ ਤੂੰ ਰੱਬ ਕਰ ਕੇ ਕੈਨੇਡਾ ਤੂੰ ਵਿਹਾਂ ਬੱਲਿਆ ਤੈਨੂੰ ਪਤਾ ਲੱਗੂ ਪੈਂਦੀ ਕਿਹੜੇ ਭਾਵ ਆਏ ਹਾਏ ਹਾਏ ਕੀ ਬਾਤ ਵੈਰੀ ਵਨ ਕਹਿੰਦਾ ਵੀ ਗੱਲ ਸੁਣੋ ਭਾਗਵਾਨ ਨੇ ਭਾਗਵਾਨ ਨੇ ਕਹਿ ਸਕਦਾ ਹਾਂ ਕੀ ਸੋਚਦਾ ਕੀ ਸੋਚਦਾ ਕਹਿੰਦਾ ਵੀ ਮੈਨੂੰ ਕਈ ਵਾਰ ਇਹ ਲੱਗਦਾ ਤੂੰ ਬਹੁਤ ਬਿਜੀ ਹੋਵੇਂਗੀ ਹੂੰ ਤੇ ਕਈ ਵਾਰ ਮੈਨੂੰ ਇਹ ਲੱਗਦਾ ਤੂੰ ਬਹੁਤ ਖਿਜੀ ਹੋਵੇਂਗੀ ਹਾਏ ਕਹਿੰਦਾ ਪਰ ਇੱਕ ਏਜੰਟ ਆ ਜਿਹੜਾ ਜਿਹਨੇ ਮੇਰੇ ਫਾਈਲ ਲਾਉਣੀ ਆ ਨਾ ਹਾਂ ਕਹਿੰਦਾ ਉਹ ਕਹਿੰਦਾ ਰੋਜ਼ ਮੈਨੂੰ ਕਹਿੰਦਾ ਐ ਕਰ ਬਈ ਜਲਦੀ ਤੋਂ ਜਲਦੀ ਮੈਨੂੰ ਨਾ ਮੱਲਾ WhatsApp ਤੇ ਜਿਹੜੀ ਤੂੰ ਚੈਟ ਕਰਦੇ ਜਾਂ ਮੱਲਾ ਆਨਲਾਈਨ ਕੋਈ ਚੈਟ ਕਰਦੇ ਉਹ ਮੈਨੂੰ ਪ੍ਰੂਫ ਚਾਹੀਦਾ ਮੈਂ ਤੇਰੀ ਫੈਲ ਲਾਉਣੀ ਆ ਅੱਛਾ ਕਹਿੰਦਾ ਵੀ ਮੈਨ ਮੈਨੂੰ ਤੇਰੇ ਤੇ ਤਰਸ ਬਹੁਤ ਆਉਂਦਾ ਪਰ ਜਿਹੜਾ ਏਜੰਟ ਆ ਨਾ ਹਾਂ ਉਹ ਮੈਨੂੰ ਰੋਜ਼ ਕਹਿੰਦਾ ਤੂੰ ਨਾ ਐਵਰੀ ਡੇ ਚੈਟ ਕਰਿਆ ਕਰ ਇਸ ਕਰਕੇ ਮੈਂ ਤੈਨੂੰ ਤੰਗ ਕਰਦਾ ਪਰ ਮੇਰੇ ਜੀ ਦੀ ਅੱਛਾ ਹਿਸਟਰੀ ਬਣਾਉ ਉਹ ਬੇ ਗੀਤ ਪੂਰਾ ਨਹੀਂ ਸੁਣਾਉਂਦਾ ਵੇ ਪਰ ਅਗੇ ਇਹਦੇ ਤੇ ਮੈਂ ਰਿਲੇਟ ਕਰ ਸਕਦਾ ਕਿ ਮੇਰੀ ਵਾਈਫ ਇੰਡੀਆ ਤੋਂ ਹਾਂ ਫਿਰੋਜ਼ਪੁਰ ਪਿੰਡ ਤੋਂ ਤੇ ਜਦੋਂ ਹਾਪਾ ਵੀ ਫਾਈਲ ਲਾਉਣੀ ਸੀ ਤੇ ਉਹ ਕਹਿੰਦੇ ਕਿ ਸਾਰੇ ਹਿਸਟਰੀ ਚੈਟ ਕੱਢੋ ਅਸੀਂ ਹੈਰਾਨ ਪਰੇਸ਼ਾਨ ਹੈ ਕਿ ਕੀ ਚੀਜ਼ ਹੈ ਨਾ ਖਾਨ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਇੱਥੋਂ ਦਾ ਜੰਪਨ ਮੁੰਡਾ ਕਹਿੰਦੇ ਹਿਸਟਰੀ ਚੈਟ ਕੱਢੋ ਅਸੀਂ ਸਾਰੀਆਂ ਕੱਢੀਆਂ ਮੈਂ ਤੁਹਾਨੂੰ ਤਾਂ ਹੀ ਕਹਿਣਾ ਵੀ ਜਿਹੜੀ ਮੈਂ ਗੱਲ ਕੀਤੀ ਆ ਮੈਂ ਸਿਰਫ ਨਾ ਇਸ ਚੀਜ਼ ਦਾ ਸਰਵੇਖਣ ਕਰਕੇ ਮੈਂ ਉਹਦੇ ਤੇ ਗੀਤ ਲਿਖਿਆ ਮੈਨੂੰ ਇਹ ਲੱਗਦਾ ਉਸ ਤੋਂ ਪਹਿਲਾਂ ਵੀ ਇੱਕ ਗੀਤ ਲਿਖਿਆ ਸੀ ਮੇਰੇ ਨਾਲ ਜੀਜੇ ਸਾਲੀ ਦੀ ਆਏ ਹਾਏ ਇੱਕ ਵਾਰੀ ਫੇਰ ਕਿਉਂਕਿ ਛੋਟੀ ਸਾਲੀ ਭੈਣ ਸਮਾਨ ਹਾਂ ਵੱਡੀ ਸਾਲੀ ਮਾਂ ਸਮਾਨ ਹਾਂ ਉਹ ਜੋ ਜੀਜਾ ਘਰੇ ਮਿਲਣਾ ਹੁੰਦਾ ਉਹ ਕਹਿੰਦੇ ਜੀਜਾ ਮੈਂ ਹਾਈਲਾਈਟਸ ਕਰ ਲਈ ਆ ਹੂੰ ਵੀ ਬਾਪੂ ਮੇਰਾ ਗਰੀਬ ਹੂੰ ਹੂੰ ਉਹਦੇ ਕੋ ਪੈਸੇ ਕਮਜ਼ੋਰ ਆ ਵੀ ਮੈਨੂੰ ਇਹ ਲੱਗਦਾ ਮੈਂ ਤੈਨੂੰ ਕਹਿਣ ਤਾਂ ਲੱਗੇ ਮੈਂ ਤੈਨੂੰ ਕਹਿ ਸਕਦਾ ਤੇਰੀ ਬਾਪੂ ਬਹੁਤ ਮੰਨਦਾ ਵੀ ਮਿਹਰਬਾਨੀ ਕਰਕੇ ਬਾਪੂ ਨੂੰ ਬੜਾ ਜਾ ਮਨਾ ਕੇ ਵੀ ਕੋਈ ਸਾਮੀ ਲੱਭ ਦੇ ਜਿਹੜੇ ਚਾਰ ਆਏ ਹਾਏ ਹਾਏ ਜਦੋਂ ਇੰਨੀ ਗੱਲ ਕਹੀ ਤੇ ਜੀਜਾ ਬੜਾ ਸਿਆਣਾ ਉਹ ਕਹਿੰਦਾ ਵੀ ਗੱਲ ਸੁਣ ਤੂੰ ਮੇਰੀ ਬੱਚਿਆਂ ਵਰਗੀ ਹਾਂ ਹਾਂ ਪਰ ਇੱਕ ਗੱਲ ਹੈ ਕਿ ਸਾਮੀ ਤਾਂ ਮੈਂ ਦਊਂਗਾ ਲੱਭ ਹਾਂ ਪਰ ਕੱਲ ਕੱਲ ਨੂੰ ਮੇਰੀ ਕਿਤੇ ਬੇਇੱਜ਼ਤੀ ਨਾ ਕਰੋ ਨਹੀਂ ਵੀ ਤੂੰ ਉੱਥੇ ਬਾਹਰ ਜਾ ਕੇ ਬਦਲ ਜਾ ਕੇ ਨਾ ਜਿੱਜਾ ਜਿੱਥੇ ਮਰਜ਼ੀ ਲਿਖਾ ਲੈ ਉਹਦੀ ਮੈਂ ਦੋ ਲੈਣਾ ਰਜੀ ਤੂੰ ਸੁਣ ਲੈ ਆਏ ਆਹੀ ਲੱਟਸ ਮੈਂ ਕਰ ਲਈ ਆਗੇ ਬੈਂਡ ਵੀ ਪੂਰੇ ਵੇ ਜੀਜਾ ਵੇਖੀ ਚਾ ਮੇਰੇ ਨਾ ਰਹਿਣ ਅਧੂਰੇ ਵੇ ਆਹੀ ਲੱਟਸ ਮੈਂ ਕਰ ਲਈ ਆਗੇ ਬੈਂਡ ਵੀ ਪੂਰੇ ਵੇ ਜੀਜਾ ਵੇ ਕਿਚਾ ਮੇਰੇ ਨਾ ਰਹਿਣੇ ਧੂਰੇ ਵੇ ਅੱਖ ਨੁਕਨੀ ਤੈਨੂੰ ਗੱਲ ਸਮਝਾਉਂਦੀ ਸਾਲੀ ਵੇ ਗੱਲ ਸਮਝਾਉਂਦੀ ਸਾਲੀ ਵੇ ਕੀ ਕਰਾਂ ਕੋਈ ਲੱਭ ਦੇ ਸਾਮੀ ਜੀਜਾ ਪੈਸੇ ਖਰਚਣ ਵਾਲੀ ਵੇ ਕੋਈ ਲੱਭ ਦੇ ਸਾਮੀ ਜੀਜਾ ਪੈਸੇ ਖਰਚਣ ਵਾਲੀ ਵੇ ਉਹ ਲੱਗ ਪਈ ਦੇਣ ਸਕੀਮਾਂ ਤੂੰ ਤਾਂ 12 ਪੜਕੇ ਨਹੀਂ ਉਹ ਤਾਰਿਆਂ ਨੂੰ ਹੱਥ ਪੈਣਾ ਨਹੀਂ ਕੋਠੇ ਤੇ ਝੜਕੇ ਨਹੀਂ ਲੱਗ ਪਈ ਦੇਣ ਸਕੀਮਾਂ ਤੂੰ ਤਾਂ ਬਾਰਾ ਪੜ ਗੇ ਨਹੀਂ ਤਾਰਿਆਂ ਨੂੰ ਹੱਥ ਪੈਂਦਾ ਨਹੀਂ ਕੋਠੇ ਤੇ ਚੜਕੇ ਨਹੀਂ ਕਈ ਵਾਰੀ ਇਹ ਰਿਸ਼ਤੇ ਜਾਂਦੇ ਗਦਲਸਾਲੀਏ ਨਹੀਂ ਜਾਂਦੇ ਗਦਲਸਾਲੀਏ ਨਹੀਂ ਮੈਨੂੰ ਡਰ ਜਾ ਲੱਗਦਾ ਮੈਨੂੰ ਡਰ ਜਾ ਲੱਗਦਾ ਤੂੰ ਨਾ ਜਾਈ ਬਦਲਸਾਲੀਏ ਨਹੀਂ ਮੈਨੂੰ ਡਰ ਜਾ ਲੱਗਦਾ ਤੂੰ ਨਾ ਜਾਈ ਬਦਲਸਾਲੀਏ ਨਹੀਂ ਹੁਣ ਵਾਪਾਰੀ ਦੱਸ ਕੀ ਆ ਹਾਂ ਬਾਪ ਨੂੰ ਕਿ ਸੱਕਦੀ ਨਾ ਬੋਲਾ ਕਰ ਜਾਇਆ ਗੈਣ ਧਰੀ ਜ਼ਮੀਨ ਐਦ ਕੀ ਮਸਾਂ ਛੁਡਾਈਆ ਪੰਜ ਸੱਤ ਵਿਗਰੇਗੀ ਸਗੀ ਪੂਰੀ 40 ਵੇ ਨਗੀਸ ਪੂਰੀ 40 ਹੀ ਵੇ ਕੋਈ ਲੱਭ ਦੇ ਸਾਮੀ ਜੀ ਜੋ ਪੈਸੇ ਖਰਚਣ ਵਾਲੀ ਵੇ ਹੋ ਕੁੱਤੇ ਜਿੱਡੀ ਢੇਰੀ ਲਾਉਣੀ ਪਵੇ ਰਪਈਆ ਦੀ ਇਹ ਵਿਆਹਾਂ ਨੇ ਕੁਰਕੀ ਤਾਂ ਕਰਵਾਤੀ ਕਈਆਂ ਦੀ ਇਹ ਵਿਆਹਾਂ ਨੇ ਕੁਰਕੀ ਤਾਂ ਕਰਵਾਤੀ ਕਈਆਂ ਦੀ ਕਿਉਂ ਦੇ ਅੱਗ ਦੇ ਮੂਹਰੇ ਕਿਉਂ ਵੀ ਜਾਂਦਾ ਪਗਲ ਸਾਲੀਏ ਨਹੀਂ ਕੀ ਬਾਤ ਪਰ ਮੈਨੂੰ ਡਰ ਜਾ ਲੱਗਦਾ ਮੈਨੂੰ ਡਰ ਜਾ ਲੱਗਦਾ ਤੂੰ ਨਾ ਜਾਈਂ ਬਦਲ ਸਾਲੀਏ ਨਹੀਂ ਕੀ ਬਾਤ ਹੈ ਕੀ ਇਹ ਸਾਡੇ ਸਗੀ ਸਮਰਾਟ ਚਰਨਜੀਤ ਹੁਜਾ ਸਾਹਿਬ ਅੱਛਾ ਇਹ ਗੀਤ ਨੂੰ ਰਿਕਾਰਡ ਕੀਤਾ ਉਹਨਾਂ ਨੇ ਰਿਕਾਰਡਿੰਗ ਕਰਕੇ ਆਏ ਅਸੀਂ ਰਿਲੀਜ਼ ਅਸੀਂ ਤੇ ਮਿੰਦਰ ਦੋ ਮਿੰਟ ਸਟੇ ਇਤੇ ਕਰਾਂਗੇ ਹਾਂ ਜੀ ਰਿਲੀਜ਼ ਦੇ ਇਤੇ ਕਰਾਂਗੇ ਇਤਿਹਾਸਿਕ ਕੌਣਾ ਪੈਣਾ ਬਿਲਕੁਲ ਕੌਣਾ ਪੈਣਾ ਬਹੁਤ ਉਮੀਦਾ ਦੇ ਨਾਲ ਉਹੀ ਪਿੰਡਾ ਵਾਲਾ ਮਾਹੌਲ ਲੋਕ ਲੈ ਕੇ ਆ ਰਹੇ ਨੇ ਜੀ ਕਿ ਉਦੋਂ ਵੈਂਦੇ ਹੁੰਦੇ ਸੀ ਤੇਰੇ ਭਾਪੇ ਨਾਲ ਸੀ ਜਾਣਦੇ ਹੁੰਦੇ ਸੀ ਉਦੋਂ ਚਮਕੀਲਾ ਵੈਂਦਾ ਸੰਦੀਲਾ ਆਂਦਾ ਸੀ ਸਾਰੇ ਹੁੰਦੇ ਸੀ ਹੁਣ ਇਸ ਵਾਰ ਪੂਰਾ ਦਾ ਪੂਰਾ ਪਰਿਵਾਰ ਆ ਰਿਹਾ ਜੀ ਕਾ ਲੂ ਐਂਡ ਮੈਂ ਚਾਹੁੰਦਾ ਕਿ ਤੁਸੀਂ ਲਾਓ ਇੱਕ ਮਿੰਟ ਆਪਣੇ ਰੱਬ ਵਰਗੇ ਦਰਸ਼ਕ ਤੇ শ্রোਤੇ ਆਸੋਤਾਂ ਨੂੰ ਦੇਖ ਰਹੇ ਨੇ ਉਹਨਾਂ ਨੂੰ ਇਨਵਾਈਟ ਕਰੋ ਜੀ ਕਿ ਤੁਹਾਡੇ ਅੰਦਾਜ਼ ਦੇ ਨਾਲ ਇਨਵਾਈਟ ਕਰੋ ਜੀ ਥੋੜਾ ਜਿਹਾ ਨਹੀਂ ਗੱਲ ਇਹ ਜੀਜਾ ਸਾਲੀ ਹੋਇਆ ਤਾਂ ਥੋੜਾ ਜਿਹਾ ਨੋਖ-ਝੋਖ ਜੀ ਹੋ ਜਾਵੇ ਕੱਲ ਨੂੰ ਤਰੀਕ ਕੀ ਹੈ 8 8 ਅਪ੍ਰੈਲ ਤੇ ਟਾਈਮ ਕਿੰਨਾ 7 8 ਤੇ ਘਟ ਗਿਆ 7 ਤੇ ਤੁਸੀਂ ਸਾਡਾ ਮਾਣ ਰੱਖਣਾ ਕੱਲ ਨੂੰ 8 ਅਪ੍ਰੈਲ ਸ਼ਾਮ ਨੂੰ 7 ਵਜੇ ਦਿਨ ਫਰਡੇ ਤੇ ਕਿੱਥੇ ਹੋਣਾ ਸ਼ੋਅ ਦਾ ਮੀਟਿੰਗ ਹਾਊਸ ਆਊਟ ਵਿੱਚ ਕਿਉਂਕਿ ਗੱਲਾਂ ਹੋਣਗੀਆਂ ਤੁਹਾਡੀਆਂ ਤੇ ਸਾਡੀਆਂ ਕੁਝ ਉਹ ਗੱਲਾਂ ਜੋ ਸਮਾਜ ਵਿੱਚ ਕੀ ਵਿਚਰਦਾ ਹੈ ਸਾਡਾ ਹੱਕ ਹੈ ਸੱਭਿਆਚਾਰ ਦਾ ਦੇਣਾ ਇਸ ਹੱਕੇ ਨੂੰ ਮਕਬੂਲ ਤੁਸੀਂ ਬਣਾਉਣਾ ਅਸੀਂ ਤੁਹਾਡੇ ਪਿਆਰ ਲਈ ਆਏ ਹਾਂ ਹਮੇਸ਼ਾ ਤੁਸੀਂ ਬਹੁਤ ਪਿਆਰ ਦਿੱਤਾ ਸੋ ਮੇਰੀ ਹੱਥ ਬਨ ਕੇ ਬੇਨਤੀ ਹੈ ਕੱਲ ਵੀ ਪਹੁੰਚੋ ਤੇ ਕਰਾਂਗੇ ਗੱਲਾਂ ਕੁਝ ਪੁਰਾਣੀਆਂ ਗੱਲਾਂ ਕਰਾਂਗੇ ਉਹ ਵੀ ਗੀਤ ਸੁਣਾਵਾਂਗੇ ਜੋ ਪੁਰਾਣੇ ਸਮੇਂ ਦੇ ਡਿਊਟ ਹੁੰਦੇ ਸੀ ਹਰ ਤਰ੍ਹਾਂ ਦੀ ਵਨਗੀ ਹੋਗੀ ਹਰ ਤਰ੍ਹਾਂ ਦਾ ਵਿਸ਼ਾ ਹੋਗਾ ਸੋ ਆਓ ਜੀ ਤੇ ਉਹਨਾਂ ਨੂੰ ਨਾ ਭਲਾਇਓ ਜਿਨ੍ਹਾਂ ਨੇ ਕੈਨੇਡਾ ਵਿੱਚ ਆ ਕੇ ਪੰਜਾਬੀਆਂ ਦੀ ਸ਼ਾਨ ਵਧਾਈ ਹੈ ਈ ਸਨ 55 ਤੋਂ ਆਇਆ ਕਿ 65 ਤੋਂ ਆਇਆ ਕਿ 75 ਤੋਂ ਆਇਆ ਉਹਨਾਂ ਬਜ਼ੁਰਗਾਂ ਦਾ ਮਾਣ ਰੱਖਣ ਦੀ ਖਾਤਰ ਆਪਣੇ ਵੱਡਿਆਂ ਦਾ ਮਾਣ ਵਧਾਉਣ ਦੀ ਖਾਤਰ ਨਲ ਵਾਲਾ ਪ੍ਰੋਗਰਾਮ ਦੇਖਣਾ ਤੁਹਾਨੂੰ ਬਹੁਤ ਜ਼ਰੂਰੀ ਆ ਆਪਣੇ ਸੱਭਿਆਚਾਰ ਨਾਲ ਜੁੜਾਂਗੇ ਵਿਰਸੇ ਨਾਲ ਜੁੜਾਂਗੇ ਪੰਜਾਬੀ ਮਾਂ ਬੋਲੀ ਨਾਲ ਜੁੜਾਂਗੇ ਸਯੋ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਤੇ ਨਾਲ ਉਹਨਾਂ ਨੂੰ ਵੀ ਲੈ ਕੇ ਆਇਓ ਆਪਾਂ ਸਾਰਿਆਂ ਨਾਲ ਮਿਲ ਕੇ ਇੰਜੋਏ ਕਰਾਂ ਸਾਡੇ ਨਾਲ ਕਾਲ ਨੇ ਜੀ ਅਸੀਂ ਪਹਿਲਾਂ ਕਾਲ ਲੈ ਰਹੇ ਨੇ ਫਿਰ ਆਪਾਂ ਤੁਹਾਡੇ ਤੋਂ ਇੱਕ ਗੀਤ ਸੁਣਾਗੇ ਫਿਰ ਅੱਗੇ ਲਾਵਾਂਗੇ ਪਹਿਲਾਂ ਕਾਲ ਤੁਸੀਂ ਵੀ ਸੁਣਦੇ ਹੋ ਅਗਰ ਕਾਲ ਕਰਕੇ ਵੈਲਕਮ ਕਰਨਾ ਚਾਹੁੰਦੇ ਹੋ ਜੋੜੀ ਨੂੰ ਆਤਮ ਸਿੰਘ ਵੱਡੇ ਵਾਲਾ ਤਾਮਨ ਰੋਜੀ ਜੀ ਨੂੰ ਤਾਂ 905 813 1320 ਮੇਰਾ ਫੇਵਰਿਟ ਗਾਣਾ ਹੋ ਜਾਵੇ ਪਹਿਲੋਂ ਠੀਕ ਹੈ ਜੀ ਜੀਜਾ ਬਾਈ ਜੀ ਰਮਨ ਸਿੰਘ ਦੇ ਬੱਚੇ ਪਾਜੀ ਗੱਲ ਹੈ ਕਿ ਇਹ ਮੜ ਜਾਣਾ ਕਈ ਵਾਰ ਬੰਦਾ ਪੜਦੇ ਚ ਰਹਿ ਜਾਂਦਾ ਇਹ ਹੀ ਮਤਲਬ ਤੁਹਾਡੀਆਂ ਸਾਲੀਆਂ ਕਿੰਨੀਆਂ ਨੇ ਮੇਰੀਆਂ ਨਹੀਂ ਉਹ ਨਹੀਂ ਕਰਨੀਆਂ ਭੂਆ ਦੀ ਕੁੜੀਆਂ ਮਾਮੇ ਦੀ ਕੁੜੀਆਂ ਨਾ ਅੱਛਾ ਉਹ ਨਹੀਂ ਓਰੀਜਨਲ ਓਰੀਜਨਲ ਤਾਂ ਫਿਰ ਇੱਕੋ ਹੀ ਹੈ ਛੋਟੀ ਐ ਵੱਡੀ ਐ ਵੱਡੀ ਤੇ ਪਹਿਲਾਂ ਕਹੋ ਮਾਤਾ ਜੀ ਸਸੀ ਗੱਲ ਜੀਜਾ ਵੈਸ਼ਨੂ ਜੀਜਾ ਵੈਸ਼ਨੂ ਪਹਿਲੋ ਕਾਲ ਲੈ ਰਿਹਾ ਕਾਲ ਦੇ ਵਿੱਚ ਆਲੀ ਕਾਲ ਦੇ ਵਿੱਚ ਆਲੀ ਸਾਨੂੰ ਆ ਕਾਲ ਲੈ ਲੈ ਸਸੀ ਕਾ ਜੀ ਕਿਸੀ ਗਾਣਾ ਹਾਂਜੀ ਜੀ 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 ਆਜੋ ਜੀ ਨਹੀਂ ਤਾਂ ਮੈਂ ਡਿਜਿਗਨੇਸ਼ਨ ਦੱਸਾਂ ਮਾ ਨਹੀਂ ਜੀਜਾ ਵੈਸ਼ਨੂ ਪਿਆ ਵੈਸ਼ਨੂ ਹਾਂ ਪਿਆਰ ਹੀ ਪਿਕਚਰ ਮੈਸ਼ਨ ਨੂੰ ਕਰਨੀ ਚਾਹੀਦੀ ਆ ਪਿਕਚਰ ਦਿੱਟਸ ਸ਼ੁਰੂ ਕਰਨੀ ਚਾਹੀਦੀ ਆ ਬਿਲਕੁਲ ਜੀਜਾ ਸਹੁਰਿਆਂ ਦਾ ਪਿੰਡ ਵੀ ਕਿੱਕ ਰਹੀ ਦਿਨ ਹਿੰਡੇ ਤੇਰੇ ਸਹੁਰਿਆਂ ਦਾ ਪਿੰਡ ਦੀ ਕੇ ਕਰੀ ਦਿਨੀ ਹਿੰਡੇ ਮੇਰੇ ਕੱਲ ਦੇ ਦਿਮਾਗ ਵਿੱਚ ਗੱਲ ਟਣ ਕੇ ਵਹਿ ਕਿਤੇ ਵਹਿ ਜੀਣਾ ਵਹਿ ਜੀਣਾ ਬਠਿੰਡੇ ਵਾਲਾ ਜੱਟ ਬਣ ਕੇ ਵਹਿ ਕਿਤੇ ਵਹਿ ਜੀਣਾ ਓ ਡੁੱਲੀ ਨਾ ਓ ਤੇਰੀ ਮਾਂ ਦੀ ਸਾੜੀ ਇਸ ਆਣੀ ਨਾ ਓ ਤੇਰੀ ਮਾਂ ਉੰਦੀ ਸਾਲੀਏ ਸਿਆਣ ਔਕੀ ਪਚੇ ਨਾਲ ਸਜਰੇ ਪਕੌੜਿਆਂ ਦੇ ਨੀ ਬਿਨਾ ਪੀਤੀਓ ਉਹ ਬਿਨਾ ਪੀਤੀਓ ਸ਼ਰਾਬ ਚੜੇ ਸੌਰਿਆਂ ਦੇ ਰੀ ਮੇਰਾ ਪੀਤੀਓ ਕੀ ਬਾਤ ਹੈ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਕੱਲ ਦੇ ਸ਼ੋਅ ਦੀਆਂ ਜੀ ਰੱਬਤ ਨੂੰ ਇਦਾਂ ਹੀ ਸੋਹਣੇ ਸੋਹਣੇ ਗਾਣੇ ਐਨ ਪੰਜਾਬੀ ਮਾਂ ਬੋਲੀ ਨੂੰ ਕਹਿੰਦੇ ਮੈਂ ਜਾਣ ਜਾਂਦੇ ਜਿਹੜਾ ਵੀ ਕਲਾਕਾਰ ਆਉਂਦਾ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹਿੰਦਾ ਹੁੰਦਾ ਕਿ ਪੰਜਾਬ ਦੇ ਵਿੱਚ ਨਾ ਹੁਣ ਹਾਲਾਤ ਜਿਹਾ ਰਹੇ ਨੇ ਕਿ ਚੰਡੀਗੜ੍ਹ ਨੂੰ ਲੈ ਕੇ ਇਹ ਵੋ ਕਿ ਹਿੰਦੀ ਵਾਲੇ ਪੱਟ ਪੰਜਾਬ ਦੇ ਵਿੱਚ ਮੈਂ ਇਹ ਗੱਲ ਦੇਖੇ ਕਿ ਤੁਹਾਨੂੰ ਲੱਗਦਾ ਹੈ ਤੁਹਾਡੀ ਓਨੈਸਟ ਓਪੀਨੀਅਨ ਕਿ ਪੰਜਾਬੀ ਮਾਂ ਬੋਲੀ ਵਿਸਰ ਰਹੀ ਹੈ ਜੀ ਚਾਰੀ ਹੈ ਜੀ ਸਨੋ ਦੇਖੋ ਜੀ ਆ ਜਿਹੜਾ ਹੋਕਾ ਲਾ ਰਹੇ ਦੇਖੋ ਹੋ ਸਕਦਾ ਪ੍ਰਮਾਤਮਾ ਹਰ ਇੱਕ ਚੀਜ਼ ਨੂੰ ਨਾ ਕਿਸੇ ਵੀ ਚੀਜ਼ ਦੀ ਕਦੇ ਜੜ ਹਮ ਨਾ ਸੁੱਕੀ ਹੈ ਤੇ ਨਾ ਪੱਟ ਹੋਈ ਹੈ ਹਮ ਇਹ ਪੰਜਾਬੀ ਮਾਂ ਬੋਲੀ ਅੱਜ ਜੇ ਮੈਨੂੰ ਸਾਨੂੰ ਦੋਨਾਂ ਨੂੰ ਪੁੱਛਾਂ ਹਮ ਸਾਨੂੰ ਜੋ ਕੁਝ ਵੀ ਦਿੱਤਾ ਹੈ ਹਮ ਸਾਡੀ ਪੰਜਾਬੀ ਮਾਂ ਬੋਲੀ ਨੇ ਦਿੱਤਾ ਬਿਲਕੁਲ ਜੀ ਅਸੀਂ ਪੜਾਈਆਂ ਵੀ ਕੀਤੀਆਂ ਕੋਈ ਗੱਲ ਨਹੀਂ ਮਾੜੀ ਗੱਲ ਨਹੀਂ ਹਮ ਸੋ ਪਰ ਅਸੀਂ ਪੰਜਾਬੀ ਮਾਂ ਬੋਲੀ ਦੇ ਹਮੇਸ਼ਾ ਕਰਜ਼ਦਾਰ ਰਹਾਂ। ਕਿਉਂਕਿ ਉਹਨੇ ਸਾਨੂੰ ਆ ਉੱਥੇ ਤੱਕ ਪਹੁੰਚਾਇਆ ਜਿਸ ਤੱਕ ਸਾਨੂੰ ਕਦੇ ਸੋਚਿਆ ਵੀ ਨਹੀਂ ਸੀ। ਜੀ। ਕਿ ਮੈਂ ਬਧਾਈ ਦੇਣਾ ਚਾਹਾਂਗੀ ਵਿਦੇਸ਼ਾਂ ਚ ਵੱਸਦੇ ਪੰਜਾਬੀ ਨੂੰ ਵੀ ਸ਼ੱਕ ਦੀ ਉਹ ਆਪਣੇ ਪੰਜਾਬ ਤੋਂ ਇੱਧਰ ਆ ਕੇ ਮੂਵ ਹੋਏ ਇੱਥੇ ਰਹਿਣ ਲੱਗੇ ਲੇਕਿਨ ਜਿਨ੍ਹਾਂ ਦੇ ਵੀ ਘਰ ਚ ਚਾਹੀਦਾ ਨਾ ਜਿਹੜੇ ਬੱਚੇ ਆ ਜਦੋਂ ਪੰਜਾਬੀ ਬੋਲਦੇ ਬਹੁਤ ਖੁਸ਼ੀ ਹੁੰਦੀ ਹੈ ਸਾਡੇ ਐਨ ਆਰ ਆਈਸ ਭਰਾਵਾਂ ਨੇ ਵੀ ਪੰਜਾਬੀ ਸੱਭਿਆਚਾਰ ਨੂੰ ਬਹੁਤ ਸੰਭਾਲ ਕੇ ਰੱਖਿਆ ਮੈਂ ਉੱਥੇ ਆ ਰਿਹਾ ਸੀ ਮੈਂ ਚਲੋ ਟਾਈਮ ਥੋੜਾ ਜਿਹਾ ਸਾਡੇ ਕੋਲ ਹੈਗਾ ਖੁੱਲਾ ਟਾਈਮ ਹੈ ਜਦੋਂ ਜਦੋਂ ਕਲਾਕਾਰ ਆ ਜਾਂਦੇ ਉਹ ਆਪਾਂ ਸਬਜ਼ੀ ਸਬਜ਼ੀੇ ਵੇਚਣਾ ਬੰਦ ਕਰ ਦਿੰਦੇ ਤੁਸੀਂ ਮੰਨ ਲਓ ਸਬਜ਼ੀ ਉਹ ਇੱਟੇ ਲਾਉਣੇ ਉਹ ਕਰੇ ਹਾਂਜੀ ਨਹੀਂ ਨਹੀਂ ਸਾਡੇ ਐਡਸ ਐਡਸ ਨੇ ਉਹਨਾਂ ਨੂੰ ਸਬਜੀ ਕਹੀਦਾ ਨਾ ਸਾਡੇ ਸਾਡੇ ਰੀਡ ਦੀਆਂ ਹੱਡੀਆਂ ਤੁਸੀਂ ਹੀ ਸੋਚਿਆ ਨਹੀਂ ਸਾਡੇ ਮੁਰਗਾ ਕਹਿੰਦੇ ਅੱਛਾ ਸੋ ਗੱਲ ਇੱਥੇ ਦੀ ਕੈਨੇਡਾ ਗਵਰਨਮੈਂਟ ਦਾ ਵੀ ਧੰਨਵਾਦ ਕਰਦੇ ਜੀ ਬਿਲਕੁਲ ਜੀ ਜਿਨ੍ਹਾਂ ਨੇ ਪੰਜਾਬੀਆਂ ਦੀ ਹਰ ਜਗ੍ਹਾ ਤੇ ਮਾਨ ਰਦਾ ਕਿਉਂਕਿ ਗਵਰਨਮੈਂਟਾਂ ਸਾਨੂੰ ਸਾਥ ਬਹੁਤ ਦਿੰਦੀਆਂ ਨੇ ਜੀ 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 ਸੋ ਇਸ ਕਰਕੇ ਉਹਨਾਂ ਦਾ ਵੀ ਧੰਨਵਾਦ ਕਰ ਆਲਕੋਹਲ ਲੈ ਲੈਣੇ ਹੁਣ ਆਈ ਹੋਪ ਕਿ ਉਹ ਸਾਡੀ ਬਾਚ ਨਾ ਦਿੱਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ

ਤੇ ਮੈਂ ਕਾਫੀ ਦੇਰ ਪਹਿਂਚੀ ਬਣ ਰਹੀ ਆ ਮੈਂ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਇਹ ਜੁੜ ਬਣਾਉਣਾ ਆਦਾ ਸੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਤੁਹਾਡੇ ਪ੍ਰਿੰਸੀਪਲ ਸਾਹਿਬ ਬਹੁਤ ਬਹੁਤ ਧੰਨਵਾਦ ਆ ਬਹੁਤ ਬਹੁਤ ਆ ਜੀ ਮੈਂ ਮੈਂ ਰੂਹੀ ਕੋਲੋਂ ਸਭ ਸਕੂਲ ਤੇ ਪ੍ਰਿੰਸੀਪਲ ਜੀ ਤਾ ਫੋਨ ਦਾ ਥੋੜਾ ਜਿਹਾ ਠੀਕ ਕਰ ਲੋ ਜੀ ਆਵਾਜ਼ ਕੱਟ ਕੱਟ ਕੇ ਆ ਰਹੀ ਆ ਅੱਛਾ ਹਾਂਜੀ ਹਾਂ ਠੀਕ ਹੈ ਜੀ ਹਾਂ ਅੱਛਾ ਇੱਕ ਮੈਂ ਕਹਿਣਾ ਤੇ ਅੱਜ ਤੂੰ ਇਹ ਡਿਊਟ ਬਹੁਤ ਸੋਹਣਾ ਪੇਸ਼ ਕੀਤਾ ਇੱਕ ਡਿਊਟ ਮਮੀ ਤੈਨੂੰ ਕਹਿਣਾ ਸ਼ਾਵਲਾ ਸਾਹਿਬ ਦਾ ਲਾ ਲੈਂਦੇ ਹੁੰਦੇ ਆ ਜੇ ਟਾਈਮ ਮਿਲੇ ਤਾਂ ਇੱਕ ਅਮਰਤਾ ਜੀਵਕ ਦੇ ਸੰਧੀਲਾ ਇਹਨਾਂ ਦਾ ਡਿਊਟ ਆ ਕਿਹੜਾ ਜੀ ਤੁਹਾਡੇ ਕੋਲ ਹੈਗਾ ਰਿਕਾਰਡ ਕਿਹੜਾ ਜੀ ਉਹ 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 ਵੀ ਲਾ ਦੇ ਗਾਣਾ ਦੱਸੋ ਜੀ ਗਾਣਾ ਦੱਸੋ ਜੀ ਉਹਨੇ ਬਹੁਤ ਗਾਣੇ ਗਾਏ ਨੇ ਕਿਹੜਾ ਗਾਣਾ ਸੁਣਨਾ ਚਾਹੋ ਕੋਈ ਉਹਨਾਂ ਦਾ ਲਾ ਦੇ ਚਲੋ ਜੀ ਲਾ ਦਿੰਦੇ ਹਾਂ ਜਰੂਰੀ ਸ਼ਾਬਾਸ਼ ਜੀ ਜੀ ਬਹੁਤ ਵਤ ਉਹ ਗਾਣੇ ਡੂ ਇਟ ਡਿਊਟੀ ਲੁਣਾ ਨਹੀਂ ਮੈਂ ਕਹਿੰਦਾ ਡੂ ਇਟ ਦੀ ਗੱਲ ਚੱਲ ਰਹੀ ਹੈ ਨਾ ਦੇਖੋ ਜੀ ਇਸਦੀਲਾ ਸਾਹਿਬ ਜਿੱਤਾਂ ਨੂੰ ਜ਼ਿਆਦਾ ਤਸਵੀਰ ਲਾ ਦਿਓ ਤੇ ਮਕੀਲਾ ਸਾਹਿਬ ਆਏ ਹਾਏ ਔਰ ਕਰਤਾਰ ਰਮਲਾ ਜੀ ਮੁਹੰਮਦ ਸਦੀਕ ਸਾਹਿਬ ਚਾਂਦੀ ਰਾਮ ਜੀ ਚਾਂਦੀ ਇਹ ਸਾਰੇ ਜਿਨ੍ਹਾਂ ਨੇ ਦਗਾਣੇ ਦੀਆਂ ਪੈਣਾ ਪਾਈਆਂ ਹਰਚਰਨ ਗਰੇਵਾਲ ਜੀ ਕਰਨੈਲ ਗਿਲ ਸਾਹਿਬ ਕੀ ਬਾਤ ਆਜ ਜੇਕਰ ਉਹ ਇੱਥੇ ਆ ਗਾ ਕੇ ਮਹਿਕ ਖੜਾ ਖੜਾ ਕੇ ਗਏ ਨੇ ਤਾਂ ਸਾਨੂੰ ਅੱਜ ਮੋਖਾ ਬਿਲਕੁਲ ਇਹ ਕਹਿੰਦੇ ਮੈਂ ਕਹਿ ਰਿਹਾ ਤੁਸੀਂ ਉਹੀ ਅੱਜ ਦੀ ਜਨਰੇਸ਼ਨ ਦੇ ਡੂ ਇਟ ਸਿੰਗਰ ਹੋ ਜੀ ਜੋ ਅਸੀਂ ਤੁਹਾਨੂੰ ਦੇਖ ਦੇ ਕਿ ਹੁਣ ਵੱਡੇ ਹੋ ਰਹੇ ਆ ਐਸਾ ਨੂੰ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਬਾਕੀ ਮੈਂ ਸਦੀਲਾ ਸਾਹਿਬ ਦੀ ਇੱਕ ਲਾਈਨ ਮੈਂ ਸੁਣਾ ਸਕਦਾ ਹਾਂ ਪਰਮਿੰਦਰ ਸੰਧੂ ਭੈਣ ਜੀ ਦਾ ਸੁਰਗਾ ਚ ਵਾਸਾ ਹੋਵੇ ਜੀ ਉਹਨੇ ਭੈਣ ਜੀ ਕਹੋਣ ਦੇ ਲਈ ਆਪਣੀ ਜ਼ਿੰਦਗੀ ਨੂੰ ਬੜਾ ਸੰਘਰਸ਼ ਕੀਤਾ ਤੇ ਮੈਨੂੰ ਵੀ ਦਾ ਵੀ ਸ਼ਾਇਦ ਉਹ ਲਾਈਨ ਨਾਲ ਬੋਲ ਜੂਗੀ ਇਹ ਜੀ ਗੱਲ ਉਹ ਵਿੱਚ ਪਾਲਾ ਲੱਗਦਾ ਵੀ ਮੈਨੂੰ ਹਾਰ ਚ ਮੁੜਕਾ ਉਹ ਵਿੱਚ ਪਾਲਾ ਲੱਗਦਾ ਵੇ ਮੈਨੂੰ ਹਾੜਿਚ ਮੁੜਕਾ ਕਿਹੜੀ ਉਮਰ ਜਿਹੜੀ ਰੁੱਤੇ ਸੋਣੀਏ ਨੀ ਤੇਰਾ ਭਿੱਜਿਆ ਕੁੜਤਾ ਆ ਬਸ ਨਾ ਤੂੰ ਦੱਬ ਕੇ ਬੁੱਕਲ ਮਾਰ ਮਾਰ ਤਾ ਉਤੇ ਲੈ ਲੈ ਲੋਈ ਆ ਬੋਸ਼ਕੀ ਵਰਗੀ ਕੁੜੀ ਮੁੰਡੇ ਤੇ ਆਸ਼ਿਕ ਹੋਈ ਕੀ ਬਾਤ ਹੈ ਕੀ ਬਾਤ ਉਸ ਦਾ ਨਾ ਤਾਂ ਕਿਸ ਨੂੰ ਬੋਸ਼ਕੀ ਦਾ ਪਤਾ ਨਾ ਕਿਸੇ ਨੂੰ ਲੱਠੇ ਦਾ ਪਤਾ ਨਾ ਟਾਕੇ ਦੀ ਮਖਮਲ ਦਾ ਪਤਾ ਦੀ ਪ੍ਰਿੰਸੀਪਲ ਸਾਹਿਬ ਜਿੰਨੇ ਕੁ ਜੁਕੇ ਸੀ ਮਾਣਸ ਨੂੰ ਸਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਜੋੜੀ ਨੂੰ ਤੁਸੀਂ ਕੱਲ ਨੂੰ ਦੇਖੋਗੇ ਜੀ तकरीबन 7 ਵਜੇ ਓਕਵੈਲ ਦੇ ਵਿੱਚ ਜਿੱਥੇ ਪਮੇ ਡੁੰਮੇ ਵਾਲਾ ショਅ ਹੋਇਆ ਸੀ ਜਿੱਥੇ ਬਹੁਤ ਬਹੁਤ ਵੱਡੇ ਵੱਡੇ ショਅ ਹੁੰਦੇ ਨੇ ਉੱਥੇ ਤੁਸੀਂ ਇਹ ਦੋ ਗਾਇਕਾਂ ਜੋੜੀ ਨੂੰ ਤੁਸੀਂ ਦੇਖੋਗੇ ਜੀ ਕੱਲ ਸੋ ਟਿਕਟਾਂ ਵਾਸਤੇ ਫਰੈਂਡਸ ਵੀਡੀਓ ਦੇ ਸਟੀਲਸ ਅਤੇ ਮੈਰਨੀ ਵਾਲੇ ਲੋਕੇਸ਼ਨ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਬਹੁਤ ਸਾਰੀਆਂ ਐਡਵਾਂਸ ਵਿੱਚ ਪੰਡ ਬੰਦ ਕੇ ਬਧਾਈ ਥੈਂਕਿਊ ਜੀ ਮੇਰੇ ਵੱਲੋਂ ਯਾਵਲਾ ਫੈਮਿਲੀ ਦਾ ਥੈਂਕ ਯੂ ਸੋ ਮਾਜੀ ਉਹ ਹੀ ਗੱਲ ਆਗੇ ਵੀ ਮਾਤਾ ਪਿਤਾ ਦਾ ਕਦੇ ਵੀ ਨਹੀਂ ਨਹੀਂ ਬਿਲਕੁਲ ਜੀ ਆਸਾਨ ਨਾ ਭੁੱਲੀਏ ਇਹ ਪੋ ਇਹ ਪੋਤਾ ਤੁਸੀਂ ਮੈਨੂੰ ਵੀ ਦੱਸਿਆ ਨਾ ਵੀ ਮੇਰੇ ਪਿਤਾ ਜੀ ਨੇ ਬਹੁਤ ਸ਼ਰਸ਼ ਕੀਤਾ ਜੀ ਕਿਉਂਕਿ ਉਸ ਤੋਂ ਬਾਅਦ ਮਾਤਾ ਜੀ ਨੇ ਕੀਤਾ ਮੈਨੂੰ ਪਤਾ ਲੱਗਿਆ ਗੱਲ ਮੇਰੀ ਅਕਸਰ ਹੁੰਦੀ ਰਹਿੰਦੀ ਹੈ ਗੱਲ ਜੀ ਹਾਂ ਸਾਰੇ ਤੁਸੀਂ ਭੈਣ ਭਰਾਵਾਂ ਨੇ ਇਹ ਕਿਉਂਕਿ ਪੰਜਾਬੀ ਸਭਾ ਚਾਰੀ ਸੇਵਾ ਕਰ ਰਹੇ ਬਿਲਕੁਲ ਜੀ ਬਿਲਕੁਲ ਪਰ ਹੁਣ ਜਦੋਂ ਅਸੀਂ ਦੂਸਰੀ ਵਾਰ ਆਵਾਂਗੇ ਨਾ ਤੇ ਚਾਵਨਾ ਜੀ ਗੱਲ ਕਹਿਣ ਦੀ ਹੈ ਨਹੀਂ ਸਾਨੂੰ ਵੀ ਮਾਣ ਹੋਊਗਾ ਵੀ ਚਾਵਨਾ ਜੀ ਬਹੁਤ ਇਤੋਂ ਵੀ ਬਹੁਤ ਬਲੰਦੀਆਂ ਚਲੇ ਗਏ। ਥੈਂਕ ਯੂ ਸਰ। ਕਿਉਂਕਿ ਜਿਹੜਾ ਸੱਭਿਆਚਾਰ ਨੂੰ ਦਿਲੋਂ ਪਿਆਰ ਕਰਦਾ ਤੇ ਉਹ ਵੀ ਸਾਨੂੰ ਵਰ ਦਿੰਦਾ ਇਸ ਕਰਕੇ ਸਾਡੇ ਬਨੋਂ ਇੱਕ ਬੇਨਤੀ ਵੀ ਆ ਕਿ ਪੰਜਾਬੀ ਸੱਭਿਆਚਾਰ ਨੂੰ ਸੁਵਾਲੀਏ ਤੇ ਕੱਲ ਦੇ 8 ਤਰੀਕ ਦੇ ਪ੍ਰੋਗਰਾਮ ਉਤੇ ਹਮ ਹਮਾ ਕੇ ਆਈਏ ਤੇ ਤੁਹਾਡੀ ਸ਼ਮੂਲੀਅਤ ਸਾਡੇ ਲਈ ਮਾਣ ਹੈ ਔਰ ਤੁਹਾਡੇ ਹਮੇਸ਼ਾ ਕਰਜਦਾਰ ਰਹਾਂਗੇ ਮੀਡੀਆ ਦਾ ਔਰ ਸਾਡੇ ਪ੍ਰਮੋਟਰਾਂ ਦਾ ਸਾਡੇ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੀਰੋ। ਸੀ ਸੁਣ ਰਹੇ ਹੋ ਚਾਵਲਾ نیوز ਨੈਟਵਰਕ ਟੋਰਾਂਟੋ ਸੀਐਨਐਨ ਟੋਰਾਂਟੋ